ਅੱਜ ਅਸੀਂ ਬਣਾਵਾਂਗੇ ਚੌਲਾਈ ਅਤੇ ਆਲੂ ਦੀ ਭੁਰਜੀ। ਸਾਗ ਤਾਂ ਤੁਸੀਂ ਕਈ ਵਾਰ ਬਣਾ ਕੇ ਖਾਧਾ ਹੋਣਾ, ਪਰ ਇੱਕ ਵਾਰ ਤੁਸੀਂ ਇਸ ਤਰੀਕੇ ਦੇ ਨਾਲ ਭੁਰਜੀ ਬਣਾ ਕੇ ਖਾਇਓ, ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਅਤੇ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਹੈਲਦੀ ਵੀ ਹੁੰਦੀ ਹੈ। ਇਹ ਵੀਡੀਓ ਤੁਸੀਂ ਲਾਸਟ ਤੱਕ ਜ਼ਰੂਰ ਦੇਖਿਓ, ਜੇਕਰ ਚੰਗੀ ਲੱਗੇ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਇਹ ਭੁਰਜੀ ਬਣਾਉਣ ਦੇ ਲਈ ਮੈਂ ਦੋ ਗੁੱਛੀਆਂ ਜਿਹੜੀਆਂ ਆ ਝੁਲਾਈ ਦੀਆਂ ਲਈਆਂ ਸੀ, ਜਿਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਸਾਫ਼ ਕਰ ਲਿਆ, ਪੱਤੇ ਪੱਤੇ ਜਿਹੜੇ ਇਹਦੇ ਮੈਂ ਅਲੱਗ ਕਰ ਲਏ ਆ, ਅਤੇ ਜਿਹੜੀਆਂ ਡੰਡੀਆਂ ਇਹਦੀਆਂ ਮੈਂ ਸੁੱਟ ਦਿੱਤੀਆਂ, ਕਿਉਂਕਿ ਡੰਡੀਆਂ ਬਹੁਤ ਜ਼ਿਆਦਾ ਸਖਤ ਸੀਗੀਆਂ। 3-4 ਵਾਰ ਮੈਂ ਧੋ ਲਿਆ, ਅਤੇ ਧੋਣ ਤੋਂ ਬਾਅਦ ਹੁਣ ਇਹਨੂੰ ਆਪਾਂ ਕੀ ਕਰਨਾ, ਕੱਟ ਲੈਣਾ ਆ ਬਰੀਕ ਬਰੀਕ, ਜਿੱਦਾਂ ਆਪਾਂ ਸਾਗ ਕੱਟਣੇ ਆ। ਸਾਰੀ ਭੁਰਜੀ ਮੈਂ ਕੱਟ ਕੇ ਤਿਆਰ ਕਰ ਲਈ, ਜਿੱਦਾਂ ਆਪਾਂ ਸਾਗ ਕੱਟਣੇ ਸੇਮ ਉਸੇ ਤਰੀਕੇ ਦੇ ਨਾਲ ਭੁਰਜੀ ਜਿਹੜੀ ਹੈ ਕੱਟ ਕੇ ਮੈਂ ਤਿਆਰ ਕੀਤੀ ਹੈ। ਮੈਂ ਇਹਦੇ ਵਿੱਚ ਪਾਲਕ ਨਹੀਂ ਪਾਈ, ਤੁਸੀਂ ਚਾਹੋ ਤਾਂ ਪਾਲਕ ਪਾ ਸਕਦੇ ਹੋ, ਪਰ ਜਿਹੜੀ ਭੁਰਜੀ ਮੈਂ ਬਣਾਉਣੀ ਇਹਦੇ ਵਿੱਚ ਮੈਂ ਪਾਲਕ ਬਿਲਕੁਲ ਵੀ ਨਹੀਂ ਪਾਉਂਦੀ ਹਾਂ। ਤਾਂ ਹੁਣ ਚਲਦੇ ਹਾਂ ਗੈਸ ਵੱਲ। ਗੈਸ ਉੱਤੇ ਕੜਾਹੀ ਰੱਖੀਏ ਅਤੇ ਇਹਦੇ ਵਿੱਚ ਪਾਵਾਂਗੇ ਤੇਲ। ਮੈਂ ਸਰ੍ਹੋਂ ਦਾ ਤੇਲ ਪਾ ਰਹੀ ਹਾਂ 3-4 ਚਮਚ। ਇਹਨੂੰ ਚੰਗੀ ਤਰ੍ਹਾਂ ਦੇ ਨਾਲ ਗਰਮ ਕਰਾਂਗੇ, ਜਦੋਂ ਤੱਕ ਇਹਦੇ ਵਿੱਚ ਧੂੰਆਂ ਨਹੀਂ ਨਿਕਲ ਜਾਂਦਾ ਉਦੋਂ ਤੱਕ। ਤੁਸੀਂ ਜੋ ਵੀ ਕੁਕਿੰਗ ਓਇਲ ਖਾਂਦੇ ਹੋ ਉਹੀ ਪਾ ਸਕਦੇ ਹੋ, ਪਰ ਸਰ੍ਹੋਂ ਦੇ ਤੇਲ ਦੇ ਵਿੱਚ ਇਹ ਭੁਰਜੀ ਬਹੁਤ ਹੀ ਜ਼ਿਆਦਾ ਸਵਾਦ ਬਣਦੀ ਹੈ। ਤੇਲ ਗਰਮ ਹੋ ਗਿਆ ਅਤੇ ਇਹਦੇ ਵਿੱਚ ਪਾਵਾਂਗੇ 1/2 ਚਮਚ ਜੀਰਾ ਅਤੇ 2 ਸਾਬਤ ਲਾਲ ਮਿਰਚਾਂ। ਇਹਨਾਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ। ਫਿਰ ਇਹਦੇ ਵਿੱਚ ਪਾਵਾਂਗੇ ਮੋਟੇ ਮੋਟੇ ਟੁਕੜਿਆਂ ਦੇ ਵਿੱਚ ਕੱਟ ਕੀਤਾ ਹੋਇਆ ਲਸਣ। ਲਸਣ ਦਾ ਤੜਕਾ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਸਵਾਦ ਲੱਗਦਾ। ਇੱਕ ਵਾਰ ਇਸ ਤਰੀਕੇ ਦੇ ਨਾਲ ਤੁਸੀਂ ਬਣਾ ਕੇ ਦੇਖਿਓ, ਤੁਹਾਨੂੰ ਤਾਂ ਹੀ ਪਤਾ ਚੱਲੇਗਾ ਕਿ ਕਿੰਨੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਭੁਰਜੀ। ਲਸਣ ਨੂੰ ਆਪਾਂ ਗੋਲਡਨ ਬਰਾਊਨ ਹੋਣ ਤੱਕ ਫਰਾਈ ਕਰਨਾ, ਜਦੋਂ ਤੱਕ ਇਹਦਾ ਕਲਰ ਜਿਹੜਾ ਚੇਂਜ ਨਹੀਂ ਹੋ ਜਾਂਦਾ ਉਦੋਂ ਤੱਕ। ਜ਼ਿਆਦਾ ਇਹਨੂੰ ਆਪਾਂ ਸਾੜਨਾ ਨਹੀਂ ਹੈ, ਬਸ ਹਲਕਾ ਜਿਹਾ ਫਰਾਈ ਕਰਨਾ। ਲਸਣ ਫਰਾਈ ਹੋ ਗਿਆ ਤਾਂ ਹੁਣ ਇਹਦੇ ਵਿੱਚ ਪਾਵਾਂਗੇ ਹਰੀਆਂ ਮਿਰਚਾਂ। ਮੈਂ 4 ਹਰੀਆਂ ਮਿਰਚਾਂ ਥੋੜ੍ਹੀਆਂ ਮੋਟੀਆਂ ਮੋਟੀਆਂ ਕੱਟ ਕੇ ਲਈਆਂ, ਅਤੇ 1 ਵੱਡੇ ਸਾਈਜ਼ ਦਾ ਪਿਆਜ਼ ਲਿਆ ਜਿਹਨੂੰ ਮੈਂ ਲੰਬੀ ਲੰਬੀ ਸਲਾਈਜ਼ ਦੇ ਵਿੱਚ ਕੱਟ ਕੀਤਾ। ਹੁਣ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਦੇ ਨਾਲ ਫਰਾਈ ਕਰਾਂਗੇ, ਜਦੋਂ ਤੱਕ ਇਹਦਾ ਕਲਰ ਜਿਹੜਾ ਗੋਲਡਨ ਨਹੀਂ ਹੋ ਜਾਂਦਾ ਉਦੋਂ ਤੱਕ। ਬਸ ਜ਼ਿਆਦਾ ਇਹਨੂੰ ਆਪਾਂ ਨਹੀਂ ਫਰਾਈ ਕਰਨਾ ਪਿਆਜ਼ ਨੂੰ, ਸਿਰਫ ਇੰਨਾ ਕੁ ਫਰਾਈ ਕਰਨਾ ਕਿ ਇਹਦਾ ਲਾਈਟ ਗੋਲਡਨ ਕਲਰ ਆ ਜਾਏ ਔਰ ਇਹ ਟ੍ਰਾਂਸਪੇਰੈਂਟ ਜਿਹਾ ਦਿਖਣ ਲੱਗ ਜਾਏ ਪਿਆਜ਼। ਬਸ ਇੰਨਾ ਕੁ ਹੀ ਫਰਾਈ ਕਰਨਾ। ਪਿਆਜ਼ ਜਿਹੜਾ ਫਰਾਈ ਹੋ ਗਿਆ ਤੁਸੀਂ ਦੇਖ ਸਕਦੇ ਹੋ, ਬਸ ਇੰਨਾ ਹੀ ਫਰਾਈ ਇਹਨੂੰ ਆਪਾਂ ਕਰਨਾ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਆਲੂ। ਵੱਡੇ ਸਾਈਜ਼ ਦੇ 4 ਆਲੂ ਲਏ ਸੀ, ਜਿਨ੍ਹਾਂ ਨੂੰ ਮੈਂ ਮੋਟੇ ਮੋਟੇ ਟੁਕੜਿਆਂ ਦੇ ਵਿੱਚ ਕੱਟ ਕਰ ਲਿਆ। ਇਹਨਾਂ ਨੂੰ ਛਿੱਲ ਕੇ ਧੋ ਕੇ ਮੈਂ ਕੱਟ ਕਰ ਲਿਆ। ਕੱਟ ਕਰਨ ਤੋਂ ਬਾਅਦ ਫਿਰ ਤੋਂ ਮੈਂ ਇਹਨਾਂ ਨੂੰ ਧੋ ਲਿਆ, ਅਤੇ ਹੁਣ ਆਪਾਂ ਇਹ ਆਲੂ ਜਿਹੜੇ ਇਹਦੇ ਵਿੱਚ ਪਾ ਦੇਵਾਂਗੇ। ਇਹਦੇ ਨਾਲ ਇਹਦੇ ਵਿੱਚ ਪਾਵਾਂਗੇ ਥੋੜ੍ਹੀ ਜਿਹੀ ਹਲਦੀ, ਤਾਂ ਕਿ ਆਲੂ ਜਿਹੜੇ ਦਿਖਣ ਦੇ ਵਿੱਚ ਚਿੱਟੇ ਚਿੱਟੇ ਨਾ ਲੱਗਣ, ਥੋੜ੍ਹਾ ਜਿਹਾ ਕਲਰ ਆ ਜਾਏ ਆਲੂਆਂ ਦੇ ਉੱਤੇ ਹਲਦੀ ਦਾ। ਬਸ ਇੰਨੀ ਕੁ ਹਲਦੀ ਆਪਾਂ ਇਹਦੇ ਵਿੱਚ ਪਾਉਣੀ ਹੈ। ਹਲਦੀ ਪਾ ਕੇ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਦੇਵਾਂਗੇ, ਅਤੇ ਇਹਨੂੰ ਇੱਦਾਂ ਹੀ ਖੁੱਲ੍ਹਾ ਛੱਡ ਕੇ 2 ਮਿੰਟ ਲਈ ਪਕਾ ਲਵਾਂਗੇ। ਸਿਰਫ 2 ਮਿੰਟ ਪਕਾਉਣਾ, ਜ਼ਿਆਦਾ ਨਹੀਂ ਪਕਾਉਣਾ ਇਹਨੂੰ ਆਪਾਂ। 2 ਮਿੰਟ ਹੋ ਗਏ ਆਲੂ ਪੱਕਦੇ ਹੋਏ। ਗੈਸ ਦੀ ਫਲੇਮ ਜਿਹੜੀ ਮੈਂ ਲੋਅ ਹੀ ਰੱਖੀ ਹੋਈ ਸੀ ਪੂਰੇ ਪ੍ਰੋਸੈਸ ਦੇ ਵਿੱਚ, ਲਾਸਟ ਤੱਕ ਆਪਾਂ ਗੈਸ ਦੀ ਫਲੇਮ ਜਿਹੜੀ ਹੈ ਲੋਅ ਰੱਖਣੀ ਹੈ। ਹੁਣ ਆਪਾਂ ਇਹਦੇ ਵਿੱਚ ਚੁਲਾਈ ਪਾਵਾਂਗੇ। ਚੁਲਾਈ ਦਿਖਣ ਦੇ ਵਿੱਚ ਤਾਂ ਜ਼ਿਆਦਾ ਲੱਗਦੀ ਹੈ, ਪਰ ਜਦੋਂ ਇਹ ਪੱਕ ਜਾਂਦੀ ਹੈ ਤਾਂ ਬਹੁਤ ਘੱਟ ਹੋ ਜਾਂਦੀ ਹੈ, ਅਤੇ ਇਸ ਕਾਰਨ ਆਪਾਂ ਪਹਿਲੇ 1/2 ਚੁਲਾਈ ਜਿਹੜੀ ਹੈ ਪਾਣੀ ਹੈ, ਕਿਉਂਕਿ ਕੜਾਹੀ ਜਿਹੜੀ ਹੈ ਛੋਟੀ ਹੈ ਅਤੇ ਇਹਦੇ ਵਿੱਚ ਸਾਰੀ ਚੁਲਾਈ ਜਿਹੜੀ ਹੈ ਨਹੀਂ ਆਏਗੀ। 1/2 ਚੁਲਾਈ ਪਾ ਕੇ ਇਹਨੂੰ ਆਪਾਂ ਮਿਕਸ ਕਰਾਂਗੇ ਆਲੂਆਂ ਦੇ ਨਾਲ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਕੇ ਇਹਨੂੰ ਆਪਾਂ ਜਦੋਂ ਤੱਕ ਇਹ ਬੈਠ ਜਾਂਦੀ ਹੈ ਉਦੋਂ ਤੱਕ ਵੇਟ ਕਰਾਂਗੇ, ਅਤੇ ਬਾਕੀ ਚੁਲਾਈ ਬਾਅਦ ਵਿੱਚ ਪਾਵਾਂਗੇ। ਚੁਲਾਈ ਜਿਹੜੀ ਹੈ ਬੈਠ ਗਈ ਹੈ, ਸਿਰਫ 2 ਮਿੰਟ ਮੈਂ ਇਹਨੂੰ ਇੱਦਾਂ ਹੀ ਛੱਡ ਦਿੱਤਾ ਸੀ, ਅਤੇ ਬੈਠ ਗਈ ਹੈ ਬਹੁਤ ਵਧੀਆ ਤਰੀਕੇ ਦੇ ਨਾਲ। ਅਤੇ ਹੁਣ ਆਪਾਂ ਜਿਹੜੀ ਬਚੀ ਹੋਈ ਚੁਲਾਈ ਹੈ ਇਹ ਵੀ ਪਾ ਦੇਵਾਂਗੇ ਇਹਦੇ ਵਿੱਚ। ਮੈਂ ਤੁਹਾਡੇ ਨਾਲ ਚੁਲਾਈ ਦੇ ਸਾਗ ਦੀ ਰੈਸਪੀ ਵੀ ਸ਼ੇਅਰ ਕੀਤੀ ਹੋਈ ਹੈ, ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲੇਗਾ। ਤੁਸੀਂ ਦੇਖ ਕੇ ਸਾਗ ਵੀ ਬਣਾ ਸਕਦੇ ਹੋ, ਸਾਗ ਵੀ ਤਾਂ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਹੈ। ਹੁਣ ਇਹ ਬਚੀ ਹੋਈ ਜਿਹੜੀ ਚੁਲਾਈ ਇਹਨੂੰ ਵੀ ਆਪਾਂ ਇਹਦੇ ਵਿੱਚ ਮਿਕਸ ਕਰ ਦੇਵਾਂਗੇ, ਅਤੇ ਇਹਨੂੰ ਆਪਾਂ ਢੱਕ ਦੇਵਾਂਗੇ 5 ਮਿੰਟ ਲਈ। ਆਲੂਆਂ ਨੂੰ ਆਪਾਂ ਪਕਾਇਆ ਨਹੀਂ ਹਾਲੇ, ਕਿਉਂਕਿ ਆਲੂ ਜਿਹੜੇ ਹੈ ਚੁਲਾਈ ਦਾ ਜਦੋਂ ਪਾਣੀ ਚੁਲਾਈ ਛੱਡੇਗੀ ਤਾਂ ਪਾਣੀ ਦੇ ਨਾਲ ਹੀ ਆਲੂ ਜਿਹੜੇ ਪੱਕ ਜਾਣਗੇ, ਇਹਨੂੰ ਪਕਾਉਣ ਦੀ ਜ਼ਰੂਰਤ ਨਹੀਂ ਹੈ।
ਬਸ ਇਹ ਮਿਕਸ ਹੋ ਗਈ ਹੈ ਅਤੇ ਇਹਨੂੰ ਆਪਾਂ 5 ਮਿੰਟ ਲਈ ਢੱਕ ਦਿੰਦੇ ਹਾਂ। ਜ਼ਿਆਦਾ ਨਹੀਂ ਢੱਕਣਾ, ਸਿਰਫ 5 ਮਿੰਟ। 5 ਮਿੰਟ ਹੋ ਗਏ ਚੁਲਾਈ ਨੂੰ ਢੱਕੇ ਹੋਏ ਭੁਰਜੀ ਨੂੰ, ਅਤੇ ਹੁਣ ਆਪਾਂ ਇਹਦਾ ਢੱਕਣ ਜਿਹੜਾ ਉਹ ਚੁੱਕ ਲੈਂਦੇ ਹਾਂ। ਚੁਲਾਈ ਦੇਖੋ ਕਿੰਨੀ ਵਧੀਆ ਤਰੀਕੇ ਦੇ ਨਾਲ ਬੈਠ ਗਈ ਹੈ, ਉਹ ਕੁਆਂਟਿਟੀ ਦੇ ਵਿੱਚ ਕਿੰਨੀ ਜ਼ਿਆਦਾ ਸੀਗੀ ਔਰ ਕਿੰਨੀ ਘੱਟ ਰਹਿ ਗਈ ਹੈ। ਹੁਣ ਆਪਾਂ ਇਸ ਟਾਈਮ 'ਤੇ ਇਹਦੇ ਵਿੱਚ ਲੂਣ ਪਾਉਣਾ, ਕਿਉਂਕਿ ਜੇਕਰ ਆਪਾਂ ਇਹਦੇ ਵਿੱਚ ਪਹਿਲੇ ਲੂਣ ਪਾ ਦਿੰਦੇ ਤਾਂ ਫਿਰ ਚੁਲਾਈ ਜਿਹੜੀ ਹੈ ਬਹੁਤ ਘੱਟ ਹੋ ਜਾਂਦੀ ਹੈ ਅਤੇ ਲੂਣ ਜਿਹੜਾ ਜ਼ਿਆਦਾ ਤੇਜ਼ ਹੋ ਜਾਂਦਾ, ਅਤੇ ਇਸ ਕਾਰਨ ਲੂਣ ਜਿਹੜਾ ਉਦੋਂ ਪਾਉਣਾ ਜਦੋਂ ਚੁਲਾਈ ਚੰਗੀ ਤਰ੍ਹਾਂ ਦੇ ਨਾਲ ਬੈਠ ਜਾਏ। ਮੈਂ 1/2 ਚਮਚ ਇਹਦੇ ਵਿੱਚ ਨਮਕ ਪਾ ਰਹੀ ਹਾਂ, ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾ ਲਿਓ। ਹੁਣ ਫਿਰ ਤੁਹਾਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰਾਂਗੇ, ਮਿਕਸ ਕਰਕੇ ਫਿਰ ਤੁਹਾਨੂੰ 5 ਤੋਂ 7 ਮਿੰਟ ਲਈ ਢੱਕ ਦੇਵਾਂਗੇ। ਨਮਕ ਪਾਉਣ ਨਾਲ ਚੁਲਾਈ ਜਿਹੜੀ ਆਪਣਾ ਪਾਣੀ ਛੱਡੇਗੀ, ਬਸ ਉਨਾ ਕੀ ਆਪਾਂ ਇਹਨੂੰ ਹੁਣ ਪਕਾਉਣਾ ਕਿ ਚੁਲਾਈ ਜਿਹੜੀ ਹੈ ਪਾਣੀ ਛੱਡਣ ਤੋਂ ਬਾਅਦ ਚੰਗੀ ਤਰ੍ਹਾਂ ਦੇ ਨਾਲ ਸੁੱਕ ਜੇ। ਆਲੂ ਜਿਹੜੇ ਇਹ ਤਾਂ ਸੋਫਟ ਹੋ ਹੀ ਚੁੱਕੇ ਹੈ, ਬਸ ਇਹਨੂੰ ਆਪਾਂ ਫਿਰ ਤੋਂ ਲੋਅ ਫਲੇਮ 'ਤੇ 5 ਤੋਂ 7 ਮਿੰਟ ਲਈ ਢੱਕ ਦਿੰਦੇ ਹਾਂ। 7 ਮਿੰਟ ਲਈ ਮੈਂ ਢੱਕੇ ਸੀ, ਵਿੱਚ ਵਿੱਚ ਇਹਨੂੰ ਮੈਂ 2-3 ਵਾਰ ਚਲਾ ਦਿੱਤਾ, ਅਤੇ ਸਬਜ਼ੀ ਸਾਡੀ ਬਣ ਕੇ ਤਿਆਰ ਹੋ ਗਈ ਹੈ। ਬਹੁਤ ਹੀ ਟੇਸਟੀ ਭੁਰਜੀ ਸਾਡੀ ਬਣ ਕੇ ਜਿਹੜੀ ਹੈ ਤਿਆਰ ਹੋਈ ਹੈ। ਤੁਸੀਂ ਇੱਕ ਵਾਰ ਇਸ ਤਰੀਕੇ ਦੇ ਨਾਲ ਭੁਰਜੀ ਬਣਾ ਕੇ ਦੇਖਿਓ, ਬਹੁਤ ਹੀ ਘੱਟ ਮਸਾਲਿਆਂ ਦੇ ਨਾਲ ਇਹ ਭੁਰਜੀ ਬਣਾ ਕੇ ਮੈਂ ਤਿਆਰ ਕੀਤੀ ਹੈ, ਬਹੁਤ ਹੀ ਸਵਾਦ ਇਹ ਭੁਰਜੀ ਬਣ ਕੇ ਤਿਆਰ ਹੋਈ ਹੈ। ਮੈਂ ਤੁਹਾਨੂੰ ਇਹਦਾ ਆਲੂ ਇੱਕ ਮੈਸ਼ ਕਰਕੇ ਦਿਖਾ ਰਹੀ ਹਾਂ, ਇਹ ਦੇਖੋ ਆਲੂ ਬਹੁਤ ਵਧੀਆ ਤਰੀਕੇ ਦੇ ਨਾਲ ਗਲ ਚੁੱਕੇ ਹੈ ਅਤੇ ਸਬਜ਼ੀ ਸਾਡੀ ਬਣ ਚੁੱਕੀ ਹੈ। ਇਹਨੂੰ ਤੁਸੀਂ ਰੋਟੀ, ਪਰੌਂਠਾ, ਪੂਰੀ ਜਿੱਦਾਂ ਵੀ ਦਿਲ ਕਰਦਾ ਉਹਦੇ ਨਾਲ ਖਾਇਓ, ਬਹੁਤ ਹੀ ਸਵਾਦ ਇਹ ਭੁਰਜੀ ਜਿਹੜੀ ਹੈ ਬਣ ਕੇ ਤਿਆਰ ਹੁੰਦੀ ਹੈ। ਸਾਗ ਤਾਂ ਤੁਸੀਂ ਕਈ ਵਾਰ ਬਣਾ ਕੇ ਖਾਧਾ ਹੋਣਾ, ਪਰ ਇੱਕ ਵਾਰ ਤੁਸੀਂ ਇਹ ਭੁਰਜੀ ਬਣਾ ਕੇ ਖਾਇਓ, ਬਹੁਤ ਹੀ ਵਧੀਆ ਲੱਗਦੀ ਹੈ ਖਾਣ ਦੇ ਵਿੱਚ। ਅਤੇ ਮੇਰੀ ਇਹ ਰੈਸਿਪੀ ਤੁਹਾਨੂੰ ਕਿੱਦਾਂ ਲੱਗੀ ਹੈ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇਕਰ ਥੋੜ੍ਹੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਵੀਡੀਓ ਤਾਂ ਤੁਸੀਂ ਦੇਖਦੇ ਹੋ ਪਰ ਲਾਈਕ ਕੀਤੇ ਬਗੈਰ ਚੱਲ ਜਾਂਦੇ ਹੋ ਔਰ ਸਬਸਕ੍ਰਾਈਬ ਕੀਤੇ ਬਗੈਰ ਚੱਲ ਜਾਂਦੇ ਹੋ, ਅਤੇ ਪਲੀਜ਼ ਤੁਹਾਡੇ ਅੱਗੇ ਰਿਕੁਐਸਟ ਹੈ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਅਤੇ ਨਾਲ ਲੱਗਦੇ ਬੈੱਲ ਆਈਕਨ 'ਤੇ ਪ੍ਰੈਸ ਕਰਕੇ ਆਲ 'ਤੇ ਜ਼ਰੂਰ ਕਲਿੱਕ ਕਰਿਓ ਮੇਰੀ ਆਈ ਹੋਈ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਾਉਣ ਦੇ ਲਈ। ਅਤੇ ਮਿਲਦੇ ਹਾਂ ਇੱਦਾਂ ਦੀ ਕਿਸੇ ਹੋਰ ਰੈਸਿਪੀ ਦੇ ਨਾਲ, ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ।